ਗੱਡੀ ਰਣਜੀਤ ਕੌਰ ਦੀ ਫਸ ਹੋਈ ਹੈ। ਸਰਦਾਰ ਅਵਤਾਰ ਸਿੰਘ ਨਿੱਜਰ ਉਹ ਆਪਣਾ ਸਨਮਾਨ ਲੈਣਗੇ। ਅਵਤਾਰ ਸਿੰਘ ਨਿੱਜਰ ਸਰਦਾਰ ਸਰਬਜੀਤ ਸਿੰਘ ਤਲਵੰਡੀ ਉਹ ਵੀ ਆਪਣਾ ਸਨਮਾਨ ਲੈਣ। ਸਰਦਾਰ ਸਰਬਜੀਤ ਸਿੰਘ ਜੀ ਤਲਵੰਡੀ ਲਖਵਿੰਦਰ ਸਿੰਘ ਜੀ ਖੱਖ ਦਿਆਲਪੁਰ ਤੋਂ ਗੁਰਦੀਪ ਸਿੰਘ ਵਿਕਰ ਸਿੰਘ ਤੇ ਹਰਵਿੰਦਰ ਸਿੰਘ ਇਹ ਆਪਣਾ ਸਨਮਾਨ ਲੈਣ ਜੀ। ਸਰਦਾਰ ਲਖਵਿੰਦਰ ਸਿੰਘ ਖੱਖ ਦਿਆਲਪੁਰ ਗੁਰਦੀਪ ਸਿੰਘ ਵਿਕਰ ਸਿੰਘ ਹਰਵਿੰਦਰ ਸਿੰਘ ਸਰਦਾਰ ਸਰਬਜੀਤ ਸਿੰਘ ਤਲਵੰਡੀ ਵਾਲਾ ਸਨਮਾਨ ਹੋ ਰਿਹਾ ਜੀ। ਬਹੁਤ ਵਧੀਆ ਸਰਦਾਰ ਲਖਵਿੰਦਰ ਸਿੰਘ ਸਰਦਾਰ ਸਤਨਾਮ ਸਿੰਘ ਸਰਪੰਚ ਤਲਵੰਡੀ ਝੰਡੇਰ ਦਾ ਸਨਮਾਨ ਜਿਹੜਾ ਸੋਢੀ ਬੁੱਟਰਾ ਗੁਰਦੇਵ ਸਿੰਘ ਸੋਢੀ ਬੁੱਟਰਾ ਵਾਲੇ ਲੈਣਗੇ। ਸਰਦਾਰ ਲਖਵਿੰਦਰ ਸਿੰਘ ਖੱਖ ਗੁਰਦੀਪ ਸਿੰਘ ਵਿਕਰ ਸਿੰਘ ਤੇ ਹਰਵਿੰਦਰ ਸਿੰਘ ਸਨਮਾਨ ਲੈ ਰਿਹਾ ਜੀ ਦਿਆਲਪੁਰ ਤੋਂ। ਸਰਦਾਰ ਗੁਰਦੇਵ ਸਿੰਘ ਸੋਢੀ ਬੁੱਟਰ ਸਰਪੰਚ ਤਲਵੰਡੀ ਝੰਡੇਰ ਵਾਲਿਆਂ ਦਾ ਨਾਮ ਪ੍ਰਾਪਤ ਕਰਨ ਜਾ ਰਹੇ ਆ। ਬਹੁਤ ਵਧੀਆ ਸ਼ਾਨਦਾਰ ਗੁਰਦੇਵ ਸਿੰਘ ਪੱਤੜ ਕਲਾਂ ਸਰਦਾਰ ਗੁਰਦੇਵ ਸਿੰਘ ਪੱਤੜ ਕਲਾਂ ਬਿੰਦਰ ਪਿੰਡ ਪੱਤੜ ਕਲਾਂ ਹੁਣ ਮੈਂ ਬੇਨਤੀ ਕਰਦਾ ਸਰਦਾਰ ਭਜਨ ਸਿੰਘ ਧੀਰਪੁਰ ਪੱਤਰਕਾਰ ਅਜੀਤ ਅਖਬਾਰ ਤੋਂ ਸਰਦਾਰ ਭਜਨ ਸਿੰਘ ਧੀਰਪੁਰ ਸ਼੍ਰੀ ਬੋਧ ਪ੍ਰਕਾਸ਼ ਸਾਨੀ ਪੱਤਰਕਾਰ ਜਗਬਾਣੀ ਅਖਬਾਰ ਤੋਂ ਸਰਦਾਰ ਭਜਨ ਸਿੰਘ ਧੀਰਪੁਰ ਉਹ ਸਨਮਾਨ ਆਪਣਾ ਹਾਸਲ ਕਰਨ। ਬੋਧ ਪ੍ਰਕਾਸ਼ ਸਾਨੀ ਪੱਤਰਕਾਰ ਜਗਬਾਣੀ ਅਖਬਾਰ ਤੇ ਵੱਖ ਵੱਖ ਅਖਬਾਰਾਂ ਦੇ ਪੱਤਰਕਾਰ ਸਾਹਿਬਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਮੰਚ ਤੋਂ ਆਣ ਕੇ ਆਪਣਾ ਸਨਮਾਨ ਪ੍ਰਾਪਤ ਕਰਨ ਜੀ। ਸਾਰੇ ਹੀ ਆਏ ਪੱਤਰਕਾਰ ਸਾਹਿਬਾਨਾਂ ਨੂੰ ਬੇਨਤੀ ਆ ਕਿ ਉਹ ਮੰਚ ਤੇ ਆਉਣ ਤੇ ਆਪਣਾ ਸਨਮਾਨ ਪ੍ਰਾਪਤ ਕਰਨ। ਬਹੁਤ ਵਧੀਆ ਦੂਜੇ ਪਾਸੇ ਮੈਚ ਵੀ ਵਧੀਆ ਤੇ ਕਬੱਡੀ ਰਣਜੀਤ ਕੌਰ ਹੋਈ ਹੈ, ਦੂਸਰੇ ਪਾਸੇ ਸਰਬਜੀਤ ਕੌਰ ਛਾਬੀ ਹੰਦੇ ਦੂਰ ਕਰਦੀ ਹੋਈ ਪਾਲੇ ਦੂਜੇ ਪਾਸੇ ਪਈ ਹੋਈ ਕਬੱਡੀ ਹੈ ਔਰ ਚੱਲਦਾ ਹੋਇਆ ਸ਼ਾਨਦਾਰ ਮੈਚ ਹੈ। ਬਹੁਤ ਵਧੀਆ ਛੱਬੀ ਹੰਦੇ ਦੂਰ ਕਰਦੀ ਹੋਈ ਆਹ ਨੰਬਰ ਲਈ ਮਾਰਦੀ ਹੈ ਤਾੜੀਆਂ ਤੇ ਬਹੁਤ ਵਧੀਆ ਦੂਜੇ ਪਾਸੇ ਸਰਬਜੀਤ ਕੌਰ ਨੰਬਰ ਆਪਣੀ ਟੀਮ ਲਈ ਜੋੜਦੀ ਹੋਈ। ਅਗਲੀ ਕਬੱਡੀ ਰਾਜੂ ਦੀ ਹੈ ਤੇ ਉਧਰਲੇ ਪਾਸੇ ਮਨਜੀਤ ਕੌਰ ਹੁਣਾਂ ਦੀ ਚੈਨ ਜਿਹੜੀ ਉਹ ਘੁੰਮਦੀ ਹੋਈ ਹੈ। ਉਧਰਲੇ ਪਾਸੇ ਦੇਖ ਲਿਆ ਕਿ ਸ਼ਾਨਦਾਰ ਇਹ ਰੌਣਕਾਂ ਲੱਗੀਆਂ ਹੋਈਆਂ ਨੇ। ਉਧਰਲੇ ਪਾਸੇ ਭੁਪਿੰਦਰ ਸਿੰਘ ਜੀ ਭਿੰਦਾ ਜੀ ਕਾਲੋ ਸਾਹਿਬ ਵੀ ਬੜੇ ਖੁਸ਼ ਨੇ, ਵੱਡਾ ਮਾਣ ਵੱਡਾ ਸਤਿਕਾਰ। ਉਧਰਲੇ ਪਾਸੇ ਮਨਜੀਤ ਕੌਰ ਦਾ ਲੱਗਿਆ ਹੋਇਆ ਜਾਫਾ ਹੰਦੇ ਦੂਰ ਕੀਤੇ ਜਾ ਰਹੇ ਨੇ, ਸਮਾਂ ਬੀਤਦਾ ਜਾ ਰਿਹਾ। ਆਜਾ ਬਾਬਲਾ ਵੇ ਦੁਖੜੇ ਧੀ ਦੇ ਸੁਣ ਲੈ ਅੱਗੇ ਛੇਤੀ, ਆਜਾ ਬਾਬਲਾ ਵੇ ਦੁਖੜੇ ਧੀ ਦੇ ਸੁਣ ਲੈ ਅੱਗੇ ਤੇ ਨੰਬਰ ਰਾਜੂ ਆਪਣੀ ਟੀਮ ਲਈ ਜੋੜਦੀ ਹੋਈ। ਅਗਲੀ ਕਬੱਡੀ ਬਾਬਾ ਦੀ ਪੈਰ ਲੱਗੀ ਹੈ, ਇਹ ਬਾਬਾ ਖਿਡਾਰਨ ਬਹੁਤ ਵਧੀਆ ਖੇਡਦੀ ਹੈ, ਕਦੇ ਨਡਾਲੇ ਦੇ ਖੇਡ ਮੇਲੇ ਦੇ ਵਿੱਚ ਸ਼ਾਨਦਾਰ ਕਬੱਡੀਆਂ ਪਾਈਆਂ ਤੇ ਇਧਰਲੇ ਪਾਸੇ ਹਰਪ੍ਰੀਤ ਕੌਰ ਤੇ ਮੈਡਮ ਸੰਦੀਪ ਹੁਣੀ ਵੀ ਤੱਕਦੇ ਨੇ ਤੇ ਇਧਰਲੇ ਪਾਸੇ ਮੈਡਮ ਹਰਦੀਪ ਕੌਰ ਜੀ ਪਹੁੰਚੇ ਹੋਏ ਨੇ। ਬਾਕੀ ਜਿਹੜਾ ਪ੍ਰੋਗਰਾਮ ਹੈ ਇਦਾਂ ਟੂਰਨਾਮੈਂਟ ਵਿੱਚ ਚੱਲਦਾ ਰਹੂਗਾ, ਖਿਡਾਰੀ ਆਪਣੇ ਜ਼ੋਰ ਦਿਖਾਉਂਦੇ ਰਹਿਣਗੇ। ਹੁਣ ਮੈਂ ਸਿਰਫ ਦੋ ਨਾਮਾਂ ਦੀ ਗੱਲ ਕਰਦਾ ਹਾਂ, ਦੋ ਨਾਮ ਦੇ ਕੇ ਸਨਮਾਨ ਕਰਕੇ ਉਸ ਤੋਂ ਬਾਅਦ ਲਗਾਤਾਰ ਕਬੱਡੀ ਟੂਰਨਾਮੈਂਟ ਚੱਲੂਗਾ। ਬੇਨਤੀ ਕਰਦਾ ਆਦਮਪੁਰ ਦੇ SHO ਸਾਹਿਬ ਉਹ ਆਪਣਾ ਸਨਮਾਨ ਹਾਸਲ ਕਰਨ ਤੇ ਨਾਲ ਹੀ ਬੇਨਤੀ ਕਰਦਾ ਭੋਗਪੁਰ ਦੇ SHO ਸਾਹਿਬਾਨ ਜਿਹੜੇ ਥਾਣਾ ਮੁਖੀ ਆਦਮਪੁਰ ਤੇ ਭੋਗਪੁਰ ਦੇ ਉਹ ਦੋਨੇ ਆਣ ਕੇ ਜਹਿਦਾ ਰਣਜੀਤ ਸਿੰਘ ਜੀ ਕਾਲੋ ਸਾਹਿਬ ਤੋਂ ਤੇ ਸਾਰੇ ਕਲੱਬ ਦੇ ਮੈਂਬਰ ਸਾਹਿਬਾਨਾਂ ਤੋਂ ਸਨਮਾਨ ਹਾਸਲ ਕਰਨ ਜੀ। ਹਾਂਜੀ ਪਰਮਿੰਦਰ ਸਿੰਘ ਜੀ SHO ਸਾਹਿਬ ਕਰਦਾ ਜਹਿਦਾ ਰਣਜੀਤ ਸਿੰਘ ਜੀ ਕਾਲੋ ਸਾਹਿਬ ਨੂੰ ਤੇ ਭਾਰਤ ਮਸੀਹ ਜੀ SHO ਸਾਹਿਬ ਭੋਗਪੁਰ। ਹਾਂਜੀ ਪਰਮਿੰਦਰ ਸਿੰਘ ਜੀ SHO ਸਾਹਿਬ ਆਦਮਪੁਰ ਤੋਂ ਪੁੱਜੇ ਹੋਏ ਆ, ਉਹਨਾਂ ਦਾ ਸਨਮਾਨ ਕਰਨ ਲਈ ਸਾਰੇ ਕਲੱਬ ਦੇ ਮੈਂਬਰ ਸਾਹਿਬਾਨ
ਤੇ ਜੈਦਰ ਕਾਲੋਂ ਸਾਹਿਬ ਵੱਲੋਂ ਸਨਮਾਨ ਕੀਤਾ ਜਾ ਰਿਹਾ ਸਰਦਾਰ ਪਰਮਿੰਦਰ ਸਿੰਘ ਜੀ ਬੋਲੇ ਸੋ ਨਿਹਾਲ। ਹੁਣ ਮੈਂ ਬੇਨਤੀ ਕਰਦਾ ਭਗਤ ਸਿੰਘ ਐਸ ਐਚ ਓ ਭੋਗਪੁਰ ਨੂੰ ਉਹ ਆਪਣਾ ਸਨਮਾਨ ਹਾਸਲ ਕਰਨ। ਚਾਰ ਸਨਮਾਨ ਹੋਰ ਕਰਨੇ ਬਹਾਦਰ ਸਿੰਘ ਮੱਲੀਆਂ, ਮੋਹਨ ਲਾਲ, ਜਸਵੀਰ ਸਿੰਘ, ਹਰਵੰਸ ਸਿੰਘ, ਹਰਜੀਤ ਸਿੰਘ, ਇਹ ਸਾਰੇ ਮੰਚ ਤੇ ਆਉਣ ਤੇ ਆਪਣਾ ਸਨਮਾਨ ਹਾਸਲ ਕਰਨ। ਬਹਾਦਰ ਸਿੰਘ ਮੱਲੀਆਂ, ਮਨਦੀਪ ਸਿੰਘ ਸਰਾਏ, ਮਨਦੀਪ ਸਿੰਘ ਸਰਾਏ ਆਣਗੇ ਆਪਣਾ ਸਨਮਾਨ ਹਾਸਲ ਕਰਨ ਜੀ। ਬਹਾਦਰ ਸਿੰਘ ਮੱਲੀਆਂ ਪਹਿਲਾ ਹਫ ਹੋ ਗਿਆ, ਬਹਾਦਰ ਸਿੰਘ ਮੱਲੀਆਂ ਪਹਿਲਾ ਹਫ। ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲੀਆਂ, ਮੋਹਨ ਲਾਲ ਸਰਪੰਚ, ਜਸਵੀਰ ਸਿੰਘ, ਅਗਲਾ ਮੈਚ ਜਿਹੜਾ ਹੋਏਗਾ ਕਿਸ਼ਨਗੜ੍ਹ ਚੌਂਕੀ ਇੰਚਾਰਜ ਨੂੰ ਬੇਨਤੀ ਕਰਦੇ ਹਾਂ ਕਿਸ਼ਨਗੜ੍ਹ ਚੌਂਕੀ ਇੰਚਾਰਜ ਉਹ ਆਣ ਕੇ ਆਪਣਾ ਸਨਮਾਨ ਹਾਸਲ ਕਰਨ। ਮਨਦੀਪ ਸਿੰਘ ਸਰਾਏ ਸਨਮਾਨ ਪ੍ਰਾਪਤ ਕਰ ਰਹੇ ਆ ਜੀ। ਹਰਜੀਤ ਸਿੰਘ ਇਧਰਲੇ ਪਾਸੇ ਸਾਡੇ ਵੀਰ ਭਿੰਦਾ ਕਾਲੋਂ ਜੀ ਐਨ ਆਰ ਆਈ ਵੀਰਾਂ ਦੇ ਨਾਲ ਜੁੜੇ ਹੋਏ ਨੇ, ਧੰਨਵਾਦ ਕਰਦੇ ਨੇ। ਔਰ ਸਾਡੇ ਵੀਰ ਭਿੰਦਾ ਕਾਲੋਂ ਹੋਣਾ ਦਾ ਵੀ ਧੰਨਵਾਦ। ਆ ਜੋ ਮੈਚ ਖੇਡਿਆ ਗਿਆ ਹੁਸ਼ਿਆਰਪੁਰ ਦੇ ਅੱਠ ਨੰਬਰ ਬਾਰਾਂ ਤੇ ਅੱਠ ਦਾ ਮੈਚ ਖੇਡਿਆ ਗਿਆ, ਪਹਿਲਾ ਹਾਫ ਜਿਹੜਾ ਖੇਡਿਆ ਗਿਆ। ਕਿਰਪਾਲ ਸਿੰਘ ਐਮਾਕਾ ਜੀ ਮੈਂ ਬੇਨਤੀ ਕਰਦਾ ਸਰਦਾਰ ਕਿਰਪਾਲ ਸਿੰਘ ਐਮਾਕਾ ਜੀ ਨੂੰ ਆਪਣਾ ਸਨਮਾਨ ਲੈਣ ਜੀ। ਬਾਬਾ ਫਤਿਹ ਸਿੰਘ ਕਬੱਡੀ ਕਲੱਬ ਘੁੱਗਸ਼ੋਰ ਤੇ ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ ਇਹ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਪਹੁੰਚਣ। ਪਹਿਲਾ ਸੈਮੀਫਾਈਨਲ ਖੇਡਿਆ ਜਾਵੇਗਾ ਤੇ ਲੜਕੀਆਂ ਦਾ ਵੀ ਮੈਚ ਬਹੁਤ ਵਧੀਆ ਚੱਲਦਾ ਹੋਇਆ। ਮੈਡਮ ਪ੍ਰਦੀਪ ਜੀ ਆਪਣੀ ਟੀਮ ਲੈ ਕੇ ਪਹੁੰਚੇ ਹੋਏ ਆ, ਬਹੁਤ ਸਵਾਗਤ ਕਰਦੇ ਆ। ਸਰਦਾਰ ਗਿਆਨ ਸਿੰਘ ਮਿੰਟੂ ਨੂੰ ਬੇਨਤੀ ਕਰਦੇ ਕੋ ਆਪਣਾ ਸਨਮਾਨ ਹਾਸਲ ਕਰਨ। ਸਰਦਾਰ ਗਿਆਨ ਸਿੰਘ ਮਿੰਟੂ ਬਿਰਕ ਸਰਦਾਰ ਹਰਦੀਪ ਸਿੰਘ ਬੱਬੂ ਮੱਲੀਆਂ ਹੁਣ ਮੈਂ ਬੇਨਤੀ ਕਰਦਾ ਸਾਡੇ ਬਿੱਲਾ ਜੋਸ਼ਨ ਭਾਜੀ ਉਹ ਆਣ ਕੇ ਆਪਣਾ ਸਨਮਾਨ ਪ੍ਰਾਪਤ ਕਰਨ ਜੀ। ਬਿੱਲਾ ਜੋਸ਼ਨ ਜੀ ਬਈ ਚੜ੍ਹਦੀ ਕਲਾ ਕਬੱਡੀ ਕਲੱਬ ਬੇਨਤੀ ਕਰਦੇ ਆ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਸਤਨਾਮ ਸਿੰਘ ਜੀ ਮਿੰਟੂ ਨੂੰ ਉਹ ਆਪਣਾ ਸਨਮਾਨ ਲੈਣ ਜੀ। ਸਰਦਾਰ ਸਤਨਾਮ ਸਿੰਘ ਜੀ ਮਿੰਟੂ ਬੱਬੂ ਮੱਲੀਆਂ ਤੋਂ ਉਹ ਆਪਣਾ ਸਨਮਾਨ ਹਾਸਲ ਕਰਨ ਜੀ। ਦੂਸਰਾ ਹਾਫ ਸ਼ੁਰੂ ਹੋਣ ਜਾ ਰਿਹਾ ਦਾ ਸਨਮਾਨ ਹਾਸਲ ਕਰ ਰਹੇ ਆ ਜੀ। ਸਰਦਾਰ ਪਾਲ ਸਿੰਘ ਕਰਤਾਰਪੁਰ ਤੋਂ ਵੀ ਆਪਣਾ ਸਨਮਾਨ ਲੈਣ। ਬਹੁਤ ਵਧੀਆ ਦੁਰਲੇ ਪਾਸੇ ਪਈ ਹੋਈ ਕਬੱਡੀ ਰਾਜ ਦੀ ਮਾਰਦੀ ਹੈ ਤਾੜੀਆਂ ਇਧਰਲੇ ਪਾਸੇ ਨੰਬਰ ਰਾਜ ਨੰਬਰ ਆਪਣੀ ਟੀਮ ਲਈ ਜੋੜਦੀ ਹੋਈ ਬਹੁਤ ਵਧੀਆ ਖਿਡਾਰਨ ਆ ਇਧਰਲੇ ਪਾਸੇ ਨਿਕਲਿਆ ਗਿਆ ਸ਼ਾਨਦਾਰ। ਇਹਨਾਂ ਧੀਆਂ ਦਾ ਸਤਿਕਾਰਯੋਗ ਸਕੂਲ ਦੇ ਸਟਾਫ ਦਾ ਧੰਨਵਾਦ ਕੀਤਾ ਜਾ ਰਿਹਾ ਜਿੰਨੇ ਵੀ ਸਾਡੇ ਕੋਲ ਮੈਡਮਾਂ ਪਹੁੰਚੀਆਂ ਨੇ ਔਰ ਸਕੂਲ ਦੇ ਸਾਰੇ ਸਟਾਫ ਦਾ ਕਦੇ ਵਿਦਿਆ ਦਾ ਦਾਨ। ਸਰਦਾਰ ਜਗਜੀਤ ਸਿੰਘ ਜੀ ਭੱਟੀ ਕੌਂਸਲ ਸਾਬਕਾ ਕੌਂਸਲਰ ਕਰਤਾਰਪੁਰ ਜਗਜੀਤ ਸਿੰਘ ਜੀ ਭੱਟੀ ਉਹ ਵੀ ਸਨਮਾਨ ਪ੍ਰਾਪਤ ਕਰਨ ਆਪਣਾ। ਬਹੁਤ ਵਧੀਆ ਦੁਰਲੇ ਪਾਸੇ ਕਬੱਡੀ ਰਾਜੇ ਦੀ ਪਈ ਹੋਈ ਹੰਦੇ ਦੂਰ ਕੀਤੇ ਜਾ ਰਹੇ ਨੇ ਨੰਬਰ ਦੁਰਲੇ ਪਾਸੇ। ਬਹੁਤ ਵਧੀਆ ਸ਼ਾਨਦਾਰ ਕਹਿੰਦੇ ਵੀ ਇੱਕ ਪਾਸੇ ਹੁਸ਼ਿਆਰਪੁਰ ਦੀ ਟੀਮ ਖੇਡਦੀ ਹੈ ਤੇ ਦੂਸਰੇ ਪਾਸੇ ਅੰਮ੍ਰਿਤਸਰ ਦੀ ਟੀਮ ਖੇਡਦੀ ਹੈ ਤੇ ਸੈਮੀ ਫਾਈਨਲ ਦੀਆਂ ਵੀ ਟੀਮਾਂ ਨੋਟ ਕਰ ਲੈਣਾ। ਸਰਦਾਰ ਦਿਲਵਾਗ ਸਿੰਘ ਸਰਪੰਚ ਬੂਲੇ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਜੀ। ਬਹੁਤ ਵਧੀਆ ਦੂਜੇ ਪਾਸੇ ਰਣਜੀਤ ਕੌਰ ਤੇ ਦੂਸਰੇ ਪਾਸੇ ਸਰਬਜੀਤ ਕੌਰ ਸ਼ਕਤੀ ਫੜਿਆ ਹੋਇਆ ਗੇਟ ਵੱਜਦੀ ਹੋਈ ਕੈਂਚੀ ਹੰਦੇ ਦੂਰ ਕੀਤੇ ਜਾ ਰਹੇ ਨੇ ਸਮਾਂ ਬੀਤਦਾ ਜਾ ਰਿਹਾ ਤੇ ਨੰਬਰ ਜੀਤ ਜੋੜਦੀ ਹੋਈ ਹੈ ਨੰਬਰ ਰਣਜੀਤ ਕੌਰ ਜੋੜਦੀ ਹੋਈ ਹੈ
दविंदर दयालपुरी का मजिशियन परिवार भी पहुंचे है, बलवीर ढोली हुई पहुंचे हुए है, लैंबर जी कीबोर्ड वाले पहुंचे हुए है। स्वागत किया जा रहा है इन्होंने वीर का, दविंदर दयालपुरी के मजिशियन परिवार का भी स्वागत है। अधूरे पासे देख ला कबड्डी राजू दी पई हुई है, अधूरे पासे शानदार आओ लग्या है तगड़ा जफा, एक खिडारी भी ताड़ियां बजदियां ने और बहुत वधिया। अधूरे पासे देख ला के कहते भी कदे मोटरसाइकिल कदे कटियां दित्तियां जांदियां ने, इन्हां खिडारना ने भी वड्डे मान सम्मान ते पिंडा कालों जी भी वड्डे मान सम्मान देणगे। अगली कबड्डी बाबा दी पैण लगी है, जथेदार रणजीत सिंह जी कालो साहब जिन्हों के सदे के उपर रौनक लगिया हुई ने। अधूरे पास साढ़े सत्कारी योग बलविंदर सिंह जी तिमोवाल साहब न सुचा सिंह जी भुलर बड़ी जिम्मेवारी कबड्डी बाबा दी पई हुई है। दूसरे पास छब्बी कहती मैं तो खुद कर दी है ते नंबर अधूरे पास बाबा एक खिडारन है हुशियारपुरली जोड़ती हुई बहुत वधिया शानदार है। ये वड्डे मान गुरनाम सिंह जी बिजली बोर्ड वाले एक एक नंबर का बाड़ा दसते ने। इधरले पासे कबड्डी मन की पई हुई है, मनप्रीत कौर कबड्डी मन की पई हुई है। उधरले पासे देख लगे तीन खिडारना तीन डीक दिया ने बहुत वधिया शानदार है। इस तो बाद सैमीफाइनल दिया भी टीम पहुंचन, इधरले पासे मन की पई हुई कबड्डी तो ज्योति का लग्या है तगड़ा जफ है। हंधे जोड़े दूर किए जा रहे ने, समय बीतता जा रहा, मार दिए ताड़िया इधरले पासे भी और शानदार नंबर इधरले पासे हुशियारपुर की टीम आएगा। हुण दो तीन सन्मान होर इदां चलदे काम च कर देने आपां। मैं बेनती करदा सरदार मलकीत सिंह जी कोहाला, सरदार अमरीक सिंह जी प्रधान, गुरप्रीत सिंह जी कोहाला, ये तिने मेरे वीर आण के अपना सन्मान हासिल करन। बहुत ही सत्कारयोग सरदार मलकीत सिंह जी कोहाला, अमरीक सिंह जी प्रधान ते गुरप्रीत सिंह जी कोहाला। उधरले पासे मान सम्मान पाले, उधरले पासे कबड्डी राज दी पई हुई ते हरप्रीत कौर हल्की जी कोशिश करती हुई ते नंबर राज सरदार मलकीत सिंह जी कोहाला साहब दा सन्मान करन जा रहे कालो साहब। उन्हां तों बाद सरदार अमरीक सिंह जी प्रधान साहब, सरदार गुरप्रीत सिंह जी कोहाला। बहुत वधिया इधरले पासे नंबर राजू अपनी टीम लई जोड़दी हुई है, बहुत वधिया सैमीफाइनल दीआं टीमां चढ़दी कला दी टीम पहुंच गई है। बाबा फतेह सिंह कबड्डी क्लब घुगशोर सुखे घुगशोर नूं बेनती है कि जल्दी ग्राउंड दे विच टीम लैके पहुंचे। अज जिथे वड्डे मान सन्मान मखण धालीवाल दा, मदन कपाल बोपारा वाले दा, मधू दा जावेगा। इन्हां सारे सन्मानां तों बाद सरदार मनदीप सिंह जी डीएसपी साहब जिन्हां दा सन्मान होण जा रिहा कालों साहब करनगे। सरदार मनदीप सिंह जी डिप्टी साहब का सन्मान हो रहा है जी। नाल दी नाल मान सम्मान भी जरूरी है। सरदार मनदीप सिंह जी डिप्टी साहब उन्हां दा सन्मान होण जा रहा, बहुत वधिया शानदार है। एक ग्राउंड दे विच रौनक लगिया हुई ने। कबड्डी इधरले पासे बाबा की पवेगी, बहुत वधिया खिडारन खेडदी हुई है। आओ देख ला के बहुत वधिया पई हुई कबड्डी है ते दूसरे पासे तीन खिडारना डिगदियां ने भी कौन बाबा नूं हथ पावे। तो सरदार रणजीत सिंह दा सन्मान होण जा रहा, वह अपना सन्मान प्राप्त करन जी। सरदार रणजीत सिंह जी प्रतापरा, बहुत वधिया शानदार है। इत्थे अज वड्डे सरदार पलविंदर सिंह जी कालो साहब उन्हां दा भी सन्मान होण जा रहा जी, पम्मा कालो। बाबा फतेह सिंह कबड्डी क्लब घुगशोर की टीम बेनती है जी खाख वो अपना सम्मान प्राप्त करन जी। भाई टीम नोट कर लन मेहरबानी है, चढ़दी कला कबड्डी क्लब जलंधर, बाबा फतेह सिंह कबड्डी क्लब घुगशोर। अगलिया सेवावां साडे वीर आलमगीर जी देणगे जिन्हां नूं बुलट मोटरसाइकिल पिछले साल दिता गया इसे ग्राउंड दे विच। उधरले पासे कहिंदे वी शानदार बलवीर ढोली कपूथले वाला हल्का जिहा डगा मारदा, दयालपुरी मजिशियन दा वड्डा प्यार हुंदा।
कदे सलाना जागरण ते कदे सभ्याचार की गल जरूर की कबड्डी टूरनामेंट जिहड़ा इसे तरह ही चलता रहूगा। दे नाल ही दलविंदर दयालपुरी नूं बेनती करदे आ कि अपना प्रोग्राम जिहड़ा उह शुरू कर देण दलविंदर दयालपुरी जी ते कबड्डी टूरनामेंट जिहड़ा इदां ही चलता रहूगा। ताड़ियां जोरदार ताड़ियां दे नाल जनाब दलविंदर दयालपुरी जी हेलो एक पास हुशियारपुर हेलो हुशियारपुर के 13 नंबर खालसा कॉलेज अमृतसर के 22 नंबर अमृतसर की टीम जेतू बन गई है। ये नोट करिए जी अगली गल साडे आलमगीर जी स्टेज के सामने जेडे दर्शक भी हेलो दयालपुरी साहब किन्ने मिनट लाने उत्थे दसो हाथ खड़े करके 10 मिनट ठीक है जल्दी कर दो जी मेहरबानी भाई आ जिहड़े बैरीकेड के कोल साडे वीर है भी स्टेज नूं क्लीयर करो मोरे स्टेज नूं क्लीयर कर दो मेहरबानी करके। हाँ जी स्टेज क्लीयर करो मेहरबानी करके बेनती है तुहानू सारयां नूं माइक मिल गया जी माइक भाई भाई मैं बेनती करना थोड़ा जा पिछड़ो सारे भीर प्रशासन वालों भी बेनती है बहुत ही सत्कार जो साडे श्रोमणी गुरुद्वारा प्रबंधक कमेटी के मैंबर साहब सरदार कुलवंत सिंह जी मन्नण मैंबर जिला परिषद सरदार परमजीत सिंह जी रेरू साहब ते सरदार कुलवंत सिंह जी मन्नण साहब का इतने पहुंचण दे बहुत बहुत धन्यवाद जी आयां नूं
माइक जिहड़ा वो ग्राउंड दे लिया जाए तो हेलो 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 भाजी रिपीट कर दो हेलो 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 नहीं भाजी ठीक है ठीक है ठीक है हेलो हेलो सेमी फाइनल मैच खेड मैदान खेडिया जा रहा है एक पासे चढ़दी कला कबड्डी क्लब जलंधर है दूसरे पासे बाबा फतेह सिंह कबड्डी क्लब घुगशोर है शिंदा निजामदीनपुरिया जस्सा चहल संघवाल साडा वीर विशेष तौर पर पुजया लाडी दूड़ा जी पुजे हुए हैं उन्होंने नाल बहुत ही सत्कारयोग गुरु नानक मिशन हॉस्पिटल जलंधर तो साढ़े डॉक्टर राकेश बसरा जी पुजे ने उन्हों का भी स्वागत है जिया साढ़े बहुत ही सत्कारयोग राकेश बसरा जी डॉक्टर साहब का लाडी दूड़ा जी का बहुत बहुत धन्यवाद है दूड़ा इंटरप्राइज के जो मालिक ने सो स्वागत है इन्हों का हैदरे पासे मैच की शुरुआत है भाई रवि खेड मैदान जो पिछले साल के करतारपुर के चौथे कबड्डी कप का बेस्ट जाफी रहा है रवि सिद्धमा वाला भी खेड मैदान पुजिया है बहुत चोटी का मैच खेड मैदान जल्द शुरू किया जा रहा है अज करतारपुर की इतिहासक धरती के उत्ते विसाखी के संबंध के पांचवां कबड्डी कप हो रहा है पंच परवान पंच प्रधान पंचे पावे दरगा मान जहेदार रणजीत सिंह जी कालो साहब को बधाइया उत्थे जहेदार कुलवंत सिंह जी मन्नण मैंबर श्रोमणी गुरुद्वारा प्रबंधक कमेटी श्री अमृतसर साहब वह भी पहुंच चुके ने अज पंजाब की मां खेड कबड्डी की गल हो रही है करदे पंजाबी ने कबड्डी नूं प्यार कबड्डी उत्तों दिल जान वार दे कोई मां खेड ते कोई महबूब खेड कई नावां नाल सत्कार दे सजे हाथ बाबा फतेह सिंह क्लब घुगशोर दुनिया का प्रसिद्ध कबड्डी खिलाड़ी गोपालपुर का नन्नी अगली रेड पाउंदा है कि घुगशोर का सुखा इहनूं कबड्डी दे गुर सिखाउंदा जगीरी पलवान भी यह दिलों नहीं भुला जिथे भी खेड जाता जा बहार रूमी दे मेले चो जट ने जितया अनाट ग्यारह करीब आलम जिथे रूमी दे कबड्डी कप तो अनाट ग्यारह जितया उथे सैदोवाल दे कबड्डी कप का फोर ट्रैक्टर का जेतू है लंडिया जीपा का जेतू है नन्नी ते लाडी दूड़े वालों हर रेड के उपर 500 डॉक्टर राजेश बसरे वालों हर रेड के उपर 500 दिते जाने हैं ते इधरले पासे जस्सा नौजवान परसरामपुर वाला अपनी टीम के खाते नंबर जोड़ता हुआ है अगली रेड सेठी पाउंदा है जिले गुरदासपुर के विच फतेहगढ़ चूड़िया के लागे इहदा तरपला पिंड है 16 साल की उम्र के डेरा बाबा नानक की धरती से जो बेस्ट बनिया तो फिर कबड्डी के कदम रखिया सिर ते सरदारी भी कैम है ਉਹ ਸਿੱਖੀ ਜਿਹੜੀ ਲਾਲ ਕਿਲੇ ਦੀਆਂ ਕੰਧਾਂ ਚੋਂ ਨਜ਼ਰੀ ਆਉਂਦੀ ਹੈ ਲਾਲ ਕਿਲੇ ਤੇ ਅੱਜ ਵੀ ਚਮਕ ਰਿਹਾ ਰੰਗ ਲਾਲ ਲਹੂ ਦੀਆਂ ਧਾਰਾਂ ਦਾ ਚਮਕੌਰ ਕੜੀ ਦਾ ਸਦਕਾ ਜਾਂ ਸਰਹੰਦ ਦੀਆਂ ਦੀਵਾਰਾਂ ਦਾ ਪਰ ਦੂਏ ਪਾਸੇ ਗਿੱਟਾ ਚੱਕ ਲਿਆ ਇਹ ਭਿੰਦਾ ਤੱਲਣ ਦੀ ਧਰਤੀ ਦਾ ਤਾੜੀ ਮਾਰ ਦਿਓ ਦਰਸ਼ਕ ਵੀਰੋ ਖੇਡ ਕਬੱਡੀ ਦੇ ਲਈ ਬੱਲੇ ਬੱਲੇ ਹੋਈ ਪਈ ਅੱਜ ਕਰਤਾਰਪੁਰ ਦੀ ਧਰਤੀ ਤੇ ਜਥੇਦਾਰ ਰਣਜੀਤ ਸਿੰਘ ਦੀ ਕਾਲੋ ਸਾਹਿਬਣਾ ਨੂੰ ਲੱਖ ਲੱਖ ਮੁਬਾਰਕਬਾਦ ਹੈ ਗੁਰਦੀਪ ਸਿੰਘ ਜੀ ਕਾਲੋ ਹੁਣਾਂ ਨੂੰ ਮੁਬਾਰਕਾਂ ਕਰਮਜੀਤ ਕਾਲੋ ਹੁਣਾਂ ਨੂੰ ਮੁਬਾਰਕਾਂ ਰਤਨ ਸਿੰਘ ਜੀ ਦੀਵਾਨਾ ਸਾਹਿਬ ਉਹਨਾਂ ਨੂੰ ਮੁਬਾਰਕਾਂ ਮੇਰੇ ਪੰਜਾਬੀ ਵੀਰੋ ਵੱਡੇ ਪੱਧਰ ਦਾ ਕਬੱਡੀ ਕੱਪ ਹੈ ਲੰਬੜ ਸਿੱਧਵਾਂ ਦੋਨਾਂ ਵਾਲਾ ਖੇਡ ਮੈਦਾਨ ਵਿੱਚ ਕਬੱਡੀ ਪਾਉਂਦਾ ਹੈ ਕਿ ਬੱਲੇ ਉਹ ਸ਼ੇਰ ਜਵਾਨਾ ਖੇਡੀ ਜਾ ਵਿੱਚ ਮੈਦਾਨਾ ਕਿ ਬੱਲੇ ਉਹ ਸ਼ੇਰ ਜਵਾਨਾ ਤੂੰ ਖੇਡੀ ਜਾ ਵਿੱਚ ਮੈਦਾਨਾ ਇਧਰਲੇ ਪਾਸੇ ਸਿੱਧਵਾਂ ਦੋਨਾਂ ਵਾਲੇ ਲੰਬੜ ਦੀ ਕਬੱਡੀ ਪੈਂਦੀ ਹੋਈ ਪਿੰਡਾਂ ਮੂਲੇ ਵੱਲ ਖਹਿਰਿਆਂ ਦਾ ਵੀ ਜੱਗਾ ਮੂਲੇ ਵੱਲ ਖਹਿਰਿਆਂ ਦਾ ਵੀ ਪੁੱਜਿਆ ਉਧਰਲੇ ਪਾਸੇ ਪਿਆਰਾ ਬਲੇਰ ਖਾਨਪੁਰੀ ਆ ਹਾਂਜੀ ਸੋਕਾ ਭਪਾਲ ਜੀ ਨਿਜਰਾਂ ਵਾਲੇ 500 ਰੁਪਇਆ ਜੱਸੇ ਨੂੰ ਦਿੰਦੇ ਹੋਏ ਕਬੱਡੀ ਦੇ ਪ੍ਰਸਿੱਧ ਪ੍ਰਮੋਟਰ ਸੋਕਾ ਭਪਾਲ ਜੀ ਭਿੰਦੇ ਵਾਸਤੇ ਅਗਲੀ ਕਬੱਡੀ ਹਰਮਨ ਕਹਿੰਦੇ ਨੇ ਅੰਮ੍ਰਿਤਸਰ ਤੋਂ 13 ਕਿਲੋਮੀਟਰ ਮਜੀਠਾ ਮਜੀਠੇ ਤੋਂ 7 ਕਿਲੋਮੀਟਰ ਦੀ ਦੂਰੀ ਤੇ ਇਹ ਸੌਜਵਾਨ ਦਾ ਕੋਸਲਾ ਪਿੰਡ ਹੈ ਹਰਮਨ ਕੋਸਲ ਤਾਕਤ ਦੇ ਨਾਲ ਪੁਆਇੰਟ ਲੈਂਦਾ ਹੋਇਆ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਕਰੀਬ ਹੀ ਆਲਮਗੀਰ ਰਾਜੇ ਭੰਡਾਲ ਦੋਨੇ ਦੇ ਬਲੇ ਪਾਸੇ ਰਾਜਾ
राजा पंडाल दोने वाला मेरे भीरों कबड्डी पा रहा है भाई दर्शक भीरों दे मैच दा स्वाद आ रहा है ते ताड़ियां खुल के मार के दसो एक बार भाई खेल मैदान विच राजा पंडाल कबड्डी पाउण वास्ते वज चुके है भाई होई कबड्डी पिंडा मूले बल खैरियां दा उतले पासे देखदे भी नौजवान मल्ली गोसल आ मल्ली गोसल ने खुच पुटी है पर आओ देखांगे राजा पंडाल भज्या जांदा लपेटा बज गया बल्ले 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 ताड़ियां मार दो मेरे पंजाबी वीरे मुंडे ने कमाल कर दिता आओ तगड़ा जफा हो गया खेड़ मैदान के अंदर हां जी बल्ले बल्ले हो गई है बाबा फतेह सिंह क्लब को किशोर चमकीली एस्ट्रिया होना दी लवली मंझपुर होना दी स्पॉन्सर कीती की टीम है मत्ता शिकार माशियां वाला अगली रेड पौंदा है डेरा बाबा नानक दी धरती जिथे हर महीने सिख संगत अरदास करती है के बाबा असीं उस धरती नूं बिना बीजे तो देखना चाहुंदे हैं जिस करतारपुर दी धरती ते तू दसा नौहां दी किरत कीती है डेरा बाबा नानक लागे मत्ते दा शिकार माशियां पिंड है पॉइंट रेडर दे खाते दे विच करी वे आलमगीर अगली आओ शुरली दी कबड्डी पैंदी है प्यार दे नाल आ खिडारी नूं शुरली कहिंदी है दुनिया साडे बलजीत सिंह दी पग्गा नॉर्वे तो